ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਅੱਜ ਅਸੀਂ ਤੁਹਾਨੂੰ ਅੰਮ੍ਰਿਤਸਰ ਸ਼ਾਹੀ ਪੱਗ ਦੇ 3D ਲੜ ਬਣਾ ਕੇ ਦਿਖਾਵਾਂਗੇ। ਇਸ ਪੱਗ ਦੇ ਲਈ ਅਸੀਂ ਰੂਬੀਆ ਵੈਲ ਦਾ ਕੱਪੜਾ ਲਿਆ ਜੀ, ਜੋ ਕਿ 7.5 ਮੀਟਰ ਦਾ ਹੈ ਜੀ। ਆਓ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਪੂਰੀ ਡਿਟੇਲ ਦੇ ਵਿੱਚ ਕਿੱਦਾਂ ਆਪਾਂ ਪੱਗ ਨੂੰ ਬੰਨਣਾ ਆ ਸਟੈਪ ਬਾਈ ਸਟੈਪ। ਇਹਦੇ ਲਈ ਸਭ ਤੋਂ ਪਹਿਲਾਂ ਅਸੀਂ ਬੇਸ ਤਿਆਰ ਕਰਨਾ ਹੈ ਜੀ। ਬੇਸ ਤਿਆਰ ਕਰਨ ਲਈ ਤੁਸੀਂ ਆਪਦੇ ਜੂੜੇ ਨੂੰ ਥੋੜ੍ਹਾ ਢਿੱਲਾ ਕਰਕੇ, ਉਸ ਤੋਂ ਬਾਅਦ 80 ਪੁਆਇੰਟ ਦਾ ਇੱਕ ਪਟਕਾ ਲੈ ਕੇ ਆਪਦੇ ਸਿਰ ਦੇ ਉੱਤੇ ਰੱਖਣਾ। ਉਸ ਤੋਂ ਬਾਅਦ ਤੁਸੀਂ ਜੂੜੇ ਨੂੰ ਇੱਕ ਪਾਸੇ ਕਰ ਲੈਣਾ ਕੰਨ ਵਾਲੇ ਪਾਸੇ ਨੂੰ, ਕਿਉਂਕਿ ਇੱਕ ਪਾਸੇ ਸਾਨੂੰ ਇਹ ਬੇਸ ਇਹਦਾ ਜ਼ਿਆਦਾ ਮੋਟਾ ਚਾਹੀਦਾ ਆ। ਇਸ ਲਈ ਤੁਸੀਂ ਆਪਦੇ ਜੂੜੇ ਨੂੰ ਇੱਕ ਪਾਸੇ ਕੰਨ ਦੇ ਕੋਲ ਕਰਕੇ ਫਿਰ ਤੁਸੀਂ ਗੱਠ ਮਾਰ ਦੇਣੀ ਆ। ਪਿਛਲੇ ਪਾਸੇ ਗੱਠ ਦੇਣ ਤੋਂ ਬਾਅਦ ਜਿਹੜਾ ਐਕਸਟਰਾ ਕੱਪੜਾ ਬਚਦਾ ਆ ਤੁਸੀਂ ਉਹਨੂੰ ਅੱਗੇ ਲੈ ਆਉਣਾ ਇਸ ਤਰੀਕੇ ਨਾਲ। ਉਹਦੇ ਵਿੱਚ ਜਿਹੜੇ ਢਿੱਲੇ ਕੱਪੜੇ ਆ ਅੰਦਰਲੇ ਪਾਸੇ ਨੂੰ ਕਰਕੇ ਆਪਦੇ ਮੱਥੇ ਦੇ ਉੱਤੋਂ ਦੀ ਘੁਮਾ ਦੇਣਾ ਹੈਗਾ ਇਸ ਕੱਪੜੇ ਨੂੰ। ਉਸ ਤੋਂ ਬਾਅਦ ਤੁਸੀਂ ਇੱਕ ਐਕਸਟਰਾ ਕੱਪੜਾ ਲੈ ਕੇ ਆਪਣੇ ਕੰਨ ਦੇ ਕੋਲ ਜਾ ਕੇ ਰੱਖ ਲੈਣਾ। ਅੰਮ੍ਰਿਤਸਰ ਸ਼ਾਹੀ 3D ਪੱਗ ਦੇ ਲਈ ਸਾਨੂੰ ਥੋੜ੍ਹਾ ਐਕਸਟਰਾ ਬੇਸ ਚਾਹੀਦਾ ਆ। ਇਸ ਲਈ ਤੁਸੀਂ 80 ਪੁਆਇੰਟ ਦਾ ਇੱਕ ਹੋਰ ਪਟਕਾ ਲੈ ਕੇ ਜਿਹੜਾ ਅਸੀਂ ਪਹਿਲਾਂ ਬੇਸ ਬਣਾਇਆ ਉਹਦੇ ਉੱਪਰੋਂ ਦੀ ਤੁਸੀਂ ਫਿਰ ਦੁਬਾਰਾ ਬੰਨ ਲੈਣਾ ਹੈਗਾ। ਫਿਰ ਉਸੇ ਤਰ੍ਹਾਂ ਇਸ ਪਟਕੇ ਦੀ ਵੀ ਤੁਸੀਂ ਪਿੱਛੇ ਗੱਠ ਦੇਣ ਤੋਂ ਬਾਅਦ ਇਸ ਨੂੰ ਪਿੱਛਿਓਂ ਦੀ ਜਿਹੜਾ ਐਕਸਟਰਾ ਕੱਪੜਾ ਬਚਦਾ ਆ ਉਹਨੂੰ ਤੁਸੀਂ ਅਗਲੇ ਪਾਸਿਓਂ ਦੀ ਇਸ ਤਰ੍ਹਾਂ ਘੁਮਾ ਲੈਣਾ ਆ। ਇੱਧਰੋਂ ਤੁਸੀਂ ਥੋੜ੍ਹਾ ਉੱਪਰ ਚੱਕ ਕੇ ਪਤਲਾ ਕਰ ਲੈਣਾ ਆ। ਆਪਾਂ ਨੂੰ ਇੱਧਰ ਜ਼ਿਆਦਾ ਐਕਸਟਰਾ ਕੱਪੜੇ ਦੀ ਲੋੜ ਨਹੀਂ, ਪਰ ਜਿਹੜਾ ਲੜਾਂ ਵਾਲਾ ਪਾਸਾ ਆ ਉਹਦੇ 'ਚ ਸਾਨੂੰ ਜ਼ਿਆਦਾ ਕੱਪੜੇ ਦੀ ਮੋਟਾਈ ਦੀ ਲੋੜ ਆ ਬੇਸ ਦੀ। ਇਸ ਲਈ ਤੁਸੀਂ ਕੰਨ ਦੇ ਉੱਤੋਂ ਦੀ ਲੈ ਜਾਣਾ ਹੈਗਾ, ਤਾਂ ਕਿ ਤੁਹਾਡੇ ਜਿਹੜੇ ਪਹਿਲੇ ਲੜ ਹੁੰਦੇ ਨੇ ਉਹ ਉਹਨਾਂ ਦੇ ਵਿੱਚ ਡੋਂਗ ਨਾ ਪਵੇ। ਉਸ ਤੋਂ ਬਾਅਦ ਤੁਸੀਂ 50 ਦੇ ਥੱਲੇ ਪੱਗ ਦੇ ਕੰਟਰਾਸਟ ਨਾਲ ਦਾ ਕਲਰ ਦੇਣ ਲਈ ਇੱਕ 50 ਬੰਨ ਲੈਣੀ ਆ। ਅਸੀਂ ਇੱਥੇ ਰੈੱਡ ਕਲਰ ਦੀ 50 ਬੰਨ ਰਹੇ ਹਾਂ ਕਿਉਂਕਿ ਇਹਦੇ ਨਾਲ ਸਾਡੀ ਪੱਗ ਦਾ ਕੰਟਰਾਸਟ ਵਧੀਆ ਜਾ ਰਿਹਾ ਆ। ਇਸ ਪੱਗ ਦੀ ਪੂਣੀ ਅਸੀਂ 1.5 ਗਿੱਠ ਚੌੜੀ ਕੀਤੀ ਆ, ਕਿਉਂਕਿ ਅਸੀਂ ਇੱਕ ਪੱਲੇ ਦੇ ਵਿੱਚੋਂ 2 ਪੱਲੇ ਕੱਢਣੇ ਆ ਤਾਂ ਪੂਣੀ ਸਾਡੀ ਚੌੜੀ ਹੋਣੀ ਚਾਹੀਦੀ ਆ। ਹੁਣ ਵਾਹਿਗੁਰੂ ਦਾ ਨਾਮ ਲੈ ਕੇ ਅਸੀਂ ਪੱਗ ਬੰਨਣੀ ਸਟਾਰਟ ਕਰਦੇ ਹਾਂ ਜੀ। ਤੁਸੀਂ ਦੇਖ ਸਕਦੇ ਆ ਸਾਡੀ ਪੂਣੀ ਦੂਜੀਆਂ ਪੂਣੀਆਂ ਨਾਲੋਂ ਥੋੜ੍ਹੀ ਐਕਸਟਰਾ ਚੌੜੀ ਆ ਜੀ। ਹੁਣ ਇਹਨੂੰ ਆਪਣੀ ਸੈਟਿੰਗ ਕਰਦੇ ਹੋਏ ਅਸੀਂ ਮੂੰਹ ਦੇ ਵਿੱਚ ਰੱਖ ਕੇ ਉਸ ਤੋਂ ਬਾਅਦ ਅਸੀਂ ਉੱਪਰੋਂ ਲੈ ਆਉਣਾ ਇਹਨੂੰ। ਹੁਣ ਅਸੀਂ ਪੂਣੀ ਨੂੰ ਚੰਗੀ ਤਰ੍ਹਾਂ ਖੋਲ੍ਹ ਲੈਣਾ ਹੈਗਾ ਤਾਂ ਕਿ ਅਸੀਂ ਇੱਕ ਲੜ ਦੇ ਵਿੱਚੋਂ 2 ਲੜ ਕੱਢ ਸਕੀਏ। ਹੁਣ ਤੁਸੀਂ ਦੇਖ ਸਕਦੇ ਹਾਂ ਅਸੀਂ ਪੱਲੇ ਨੂੰ ਚੌੜਾ ਕਰਦੇ ਹੋਏ ਉੱਪਰ ਰੱਖ ਲਿਆ। ਉਸ ਤੋਂ ਬਾਅਦ ਅਸੀਂ ਅੰਗੂਠੇ ਦੀ ਮਦਦ ਨਾਲ ਵਿੱਚ ਫਿੰਗਰ ਦੇ ਕੇ ਅਤੇ 1 ਲੜ ਦੇ ਵਿੱਚੋਂ 2 ਲੜ ਕੱਢ ਲਏ ਆ। ਤੁਸੀਂ ਦੇਖ ਸਕਦੇ ਹਾਂ ਇਸ ਤਰੀਕੇ ਨਾਲ ਤੁਸੀਂ ਇਹਦੇ 2 ਲੜ ਬਣਾ ਲੈਣੇ ਆ 1 ਲੜ ਤੋਂ। ਸਟਾਰਟਿੰਗ ਵਾਲੇ ਲੜਾਂ ਦਾ ਜਿਹੜਾ ਤੁਸੀਂ ਜੋੜਾ ਬਣਾਉਣਾ ਆ, ਸਟਾਰਟਿੰਗ ਵਾਲੇ 2-3 ਲੜਾਂ ਦੇ ਜਿਹੜੇ ਜੋੜੇ ਉਹਨਾਂ ਦਾ ਗੈਪ ਕਾਫੀ ਘੱਟ ਰੱਖਣਾ ਹੈਗਾ ਤੁਸੀਂ। ਤੁਸੀਂ ਇੱਥੇ ਕੋਸ਼ਿਸ਼ ਕਰਨੀ ਆ ਇਹਨਾਂ ਲੜਾਂ ਦੀ ਥੋੜ੍ਹੀ ਮੋਟਾਈ ਜ਼ਿਆਦਾ ਰੱਖਣੀ ਆ ਕਿਉਂਕਿ ਅਸੀਂ ਇਹਨੂੰ ਬਾਅਦ 'ਚ 3D ਕਰਨਾ ਆ। ਹੁਣ ਅਸੀਂ ਬਾਜ਼ ਦੀ ਮਦਦ ਨਾਲ ਦੀ ਨਾਲ ਵੀ ਲੜਾਂ ਦੀ ਜਿੰਨੀ ਸੈਟਿੰਗ ਹੁੰਦੀ ਆ ਉਹ ਆਪਾਂ ਕਰ ਲੈਣੀ ਹੈਗੀ। ਸਾਰੇ ਵੀਰਾਂ ਨੂੰ ਬੇਨਤੀ ਆ ਅਗਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈੱਲ ਆਈਕਨ 'ਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਹੁਣ ਨਾਲ ਦੀ ਨਾਲ ਜਿੰਨੀ ਹੁੰਦੀ ਆ ਸੈਟਿੰਗ ਕਰਨ ਤੋਂ ਬਾਅਦ ਅਸੀਂ ਪਿੱਛੇ ਤੱਕ ਸਾਫ਼ ਕਰਕੇ ਲੜਾਂ ਦੇ ਅਗਲੇ ਪਾਸੇ ਲੈ ਜਾਣਾ। ਹੁਣ ਤੁਸੀਂ ਦੇਖ ਸਕਦੇ ਹਾਂ ਅਸੀਂ ਉੱਪਰਲਾ ਜਿਹੜਾ ਹਿੱਸਾ ਆ ਭਾਰ ਆ ਉਹਨੂੰ ਜਿੰਨਾ ਹੋ ਸਕਦਾ ਆਪਦੇ ਸਿਰ ਦੇ ਉੱਪਰੋਂ ਦੀ ਲੈ ਕੇ ਜਾਣਾ ਹੈਗਾ। ਹੁਣ ਤੁਸੀਂ ਅੰਗੂਠੇ ਦੀ ਮਦਦ ਨਾਲ ਚੌੜੀ ਪੂਣੀ ਦੇ ਵਿੱਚੋਂ ਦੀ ਲੜ ਨੂੰ ਬਣਾ ਲੈਣਾ ਹੈਗਾ ਆ। ਜਿਹੜਾ ਥੱਲੜਾ ਲੜ ਬਣਾਉਣਾ ਉਹਨੂੰ ਤੁਸੀਂ ਨੋਰਮਲ ਪੱਗ ਦੇ ਵਾਂਗੂ ਹੀ ਫੋਲਡ ਕਰ ਦੇਣਾ ਆ ਅੰਦਰ ਨੂੰ ਅਤੇ ਇਸ ਤਰ੍ਹਾਂ ਤੁਹਾਡੇ ਲੜਾਂ ਦਾ ਜੋੜਾ ਤਿਆਰ ਹੋ ਜਾਣਾ ਆ। ਹੁਣ ਆਪਾਂ ਥੱਲੜੇ ਲੜ ਨੂੰ ਫੋਲਡ ਕਰਨ ਤੋਂ ਬਾਅਦ ਉਹਨੂੰ ਹਲਕਾ ਜਿਹਾ ਮਟਾਈ ਅਤੇ ਗੋਲ ਕਰ ਦੇਣਾ ਆ। ਉਹ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਚੁੱਕਾ ਕਿ 3D ਪੱਗ ਦੇ ਲਈ ਸਾਨੂੰ ਥੋੜ੍ਹੇ ਲੜਾਂ ਦੀ ਮੋਟਾਈ ਜ਼ਿਆਦਾ ਚਾਹੀਦੀ ਆ, ਇਸ ਲਈ ਤੁਸੀਂ ਨਾਲ ਦੀ ਨਾਲ ਲੜਾਂ ਨੂੰ ਮੋਟੇ ਕਰ ਲੈਣਾ ਆ।
फिर असी बाज की मदद असी लड़ा की जिनी होंगी सैटिंग कर लेनी है। इतने तुम जो बाज वरतना आ थोड़ा मोटा बाज वरतो ता कि थोड़े लाड़ की गुलाई होर भी ज़्यादा वधिया मोटी बन सके। हुण तुसी देख सकते हैं साढ़े लड़ां की मोटाई काफ़ी सही हो गई है। तुसी लड़ां की मोटाई तो गैप इको जिहा ही रख के पिछे तक क्लीयर करते हुए लड़ बनाने आ। पिछे तक साफ करन तो बाद तुसी आपदे सज्जे पासे वाले लड़ की भी नाल सैटिंग कर लेनी आ। इधरले पासों भी तुसी गैप जिहड़ा आ उह रैगूलर कर देना नाल दी नाल ही। फिर उस तरह तुसी चौड़ी पौनी विच दी दो लड़ बना लेने आ। पहला अंगूठा ला के तुसी उपरला लड़ रेडी कर लेना आ। उस तो बाद तुसी जिहड़ा थलड़ा एक्सट्रा कपड़ा बचता आ उहनू तुसी अंगूठे की मदद नाल फोल्ड करते हुए दूजा लड़ भी तैयार कर देना। तुसी कोशिश करनी आ कि नाल नाल तुसी पिछे तक क्लीयर करते हुए लड़ अगे जाना है। ते बाज की मदद नाल अपने लाड़ साफ तो उन्होंने गैप इको जहाँ तो उन्होंने गोल जोड़ा गलाई हैगी वह भी सैट कर देनी है। उस तो बाद पिछों की चूंडी भरते हुए अगले पासों की लाड़ सैट कर देना अपने सज्जे पासों की उपरों उपरला गैप सैट करते हुए पूनी चौड़ी करके फिर उस तरह तुम अंगूठे की मदद नाल पिछों की दो जड़े पार्ट बना देने इस लड़ दे पहला उपरला सैट करते हुए मुड़ के दूसरा भी नाल ही फोल्ड करके तुसी एक लड़ दे दो बना देने। कोशिश करने थोड़े ज़्यादा गोल ते मोटे लड़ बनाने। तुसी इस पग दे विच कॉर्नर नू नाल दी नाल पिंच करके क्लोज कर देना क्योंकि लड़ पिछे नू साढ़े चले जाते हो पिछे नू जान नहीं देने तुसी। ते नाल नाल तुसी दोनों पासों की उपरों की हाथों नाल चंगी तरह की उपरली शेप सैट करी जानी आ। उस तरह तुसी अगले लड़ ते आ जाना आ ते सज्जे पासों की तुसी पूनी नू चौड़ी करते हुए उपरले लड़ां नू सैटिंग करके उस बाद फिर तुसी अंगूठे की मदद नाल दो पार्ट बना के ते अगला सैट करना। हुण ए वाले लड़ तो बाद तुहाडे पंज पेच यानी कि पंज जोड़े तुसी तैयार कर ले आ जी। हुण तुसी नाल नाल हल्की फुल्की सैटिंग कर देनी आ छेवां लड़ रखण तो पहला तुसी बाज की मदद नाल अपने लड़ां नू थोड़ी सैटिंग कर लेनी आ। हुण तुसी अपना लास्ट लड़ जाने कि तुसी छेवां लड़ रखना जी अखीर दा। इस लड़ नू असी सिंगल लड़ ही बना के रखना आ असी इहदे दो लड़ नहीं बनाउणे हैगे। ये असी प्रॉपरली रखना है क्योंकि इस लड़ ने थोड़ी उपरली शेप बनानी है इसलिए असी उन्हें प्रॉपरली जिदा नॉर्मल पगों च रखते हैं उस तरह असी छेवां लड़ लगाना है। इस लड़ नू तुसी बड़े वधिया तरीके नाल उपरों की सैटिंग करके ते थल्लों भी इहदी एक्सट्रा जिहड़ी मिटाई है उन्हें बिठाते हुए रखना है। ये लास्ट वाला पल्ला थोड़ी पग की प्रॉपर शेप ते लुक कढ़दा वा इसलिए तुसी इहनू थोड़े ध्यान नाल ते आराम नाल रखना। इस लाड़ नू पिछे तक सैट करन तो बाद तुसी आपदे खूंजे की सैटिंग करते हुए पिछे इस लाड़ नू फसा लेना कच्चा लाड़ लगा लेना है पिछले लाड़ के नाल तां कि असी जिहड़ी बाकी सैटिंग दे लई साडे हाथ दोनों फ्री हो जाण। हुण अपने दोने हाथों नू फ्री करन तो बाद तुसी बाज दी मदद नाल असी इहदी सैटिंग कर लैणी है। सैटिंग करन दे लई असी शीशे दे क्लोज़ हो जाना है जी क्योंकि असी ये लड़ छोटे छोटे प्रॉपरली सैट करने हैं। तुसी सारे लड़ां की मोटाई तो उन्हां दा गैप प्रॉपर कर देना है। तो कोशिश करना आ बाजे च थोड़ा हार्डली फेरना आ तुसी ता कि थोड़े जिहड़े लड़ां की गलाई ज़्यादा बन जाए तो आपां नूं क्योंकि थोड़े मोटे लड़ चाहिए आ 3D लड़ बनाउण वास्ते इसलिए तुसी बाज की मदद नाल सब तो पहला लड़ां नूं प्रॉपरली
सैट कर लो तो मिठाई कुछ ही कर लो तो गैप तो जोड़े कॉर्नर तो लड़ उपर थले होंगे ने उन्होंने चंकी तरह तुम सैट कर लेना है। ये काम तुम बड़ी बरीकी वाला है तो तुम बड़े आराम ये काम करना है। ये काली कोई नहीं करनी पूरी वधिया तरीके लड़ छोटे छोटे इको जे गैप दे कर लेने हैं। सारे लड़ां दी बरीकी नाल सैटिंग करन तो बाद तुसी अपना लास्ट वाला पेच लगाना है जी। इहदे लई असी नक्क दी सीध नाल सब तो पहला असी पिन लगाउणी आ, उस तो बाद सज्जे पासिओं जिहड़ा साडा एरिया बाहर आउणा आ उहनूं फिंगर दी मदद नाल असी साफ कर लैणा जी। हुण आपां जी नैक्सट लड़ नूं रखण वास्ते अखीरले नूं अपना दूजा लड़ मूंह दे विच रख लेणा आ। उस तो बाद जिन्नी इहदी जरूरत आ जी उन्ना ही इहनूं खोल के साइड तो सज्जे पास्यों बाकी जिहड़ा अंदर नूं फोल्ड कर देना। कोशिश करनी है इहदा उपरला ते थलड़ा वाला कॉर्नर जिहड़ा हैगा आ ओह बरीक रहना चाहिए, बाकी जिहड़ा एक्सट्रा सेंटर वाला पार्ट है उहदे च तुसीं कर देना आ। उस तो बाद पिन की मदद दे नाल पिन दे नाल सपोर्ट लैके तुसीं इहनूं पहलां एक पास्यों दी इकट्ठा कर लेना, उस तो बाद एक पिन होर लैके उहदे एकदम पॉइंट के उत्ते लगा देनी है जी। इहदे नाल तुहाडा लड़ टाइट रहिंदा आ ते तुहाडी जिहड़ी आ घुमाउण वाली जिहड़ा प्रोसैस हैगा घुमाउण वाला उह सही तरीके नाल हो जांदा आ। हुण तुसीं देख सकदे आ असीं सक्सैस करन तों बाद प्रॉपरली इक्को वे दे विच उपर नूं करके लड़ लगा देना हैगा आ। उस तों बाद तुसीं नाल दी नाल जी इहदियां पिन्नां लगा देणियां आ तां कि लड़ तुहाडा लूज ना होवे। प्रॉपर वे दे विच उपर तुसीं तीन चार पिन्नां लगा देणियां आ तां कि लड़ तुहाडा बाद विच हिले ना जी। उपर वाली लड़ ते पिन्नां लगाउण तों बाद जिहड़ा एक्सट्रा तुहाडा लड़ दा एक्सट्रा कपड़ा बचदा आ उहनूं तुसीं खब्बे पासे जाने के पेचां वाले पासे अंदर प्रेस करते हुए फसा देना आ। हुण तुसीं सज्जे पासे दे लड़ दे उत्ते जिहड़ी थां बची आ उहदे विच जिहड़े वट पै जांदे आ उहनूं तुसीं बाज दी मदद नाल इस तरह लड़ दे विच फसा के उपरों दी प्रॉपरली उहनूं साफ कर देना ते पिछे तक वट नूं कढ देना आ। हुण आपां सज्जे पासे दे जिहड़े उपरले पेच बने आ उहनां नूं इक इक करदे हुए सैट कर देना आ अपने हत्थां दी मदद नाल ही प्रॉपरली अंदाजे दे नाल उहनूं सैट कर देना। इहदे लई तुसीं पिछों दूसरा शीशा भी यूज़ कर सकते आ, कोई छोटा शीशा तुसीं कोल रख के उहनूं सैट कर सकते आ। हुण तुसीं अपनी 50 नूं बाज दी मदद नाल अगर वह ज़्यादा दिख रही आ तुसीं आप दे अकॉर्डिंगली जिन्नी तुहानूं लाइक करदे आ उन्नी तुसीं रख लेनी है जी। हुण तुसीं जी आप दे पिछले लड़ नूं प्रॉपरली खिंचदे हुए सिर वाले नूं तुसीं इहदा सिर ढक लेना आ जी। सिर असीं नॉर्मल पग्गां दे वांग ही ढकना आ ते उपरली जिन्ना तुहानूं सिर दे हिसाब नाल इहनूं कपड़े नूं असीं खोल लेना आ। कोशिश करिया करो इहनूं कपड़े नूं उस हिसाब नाल खोलो कि डबल रहे तां कि तुहाडे उत्ते 50 नज़र ना आवे ज़्यादा। हुण तुसीं प्रॉपरली दोनों पास्यों दी हल्का हल्का विच दिंदे हुए लड़ां वाले पास्यों ते दूजे पास्यों इहनूं पिछों खिंच लेना आ जी ते मुड़ के अपना सिर कवर कर लेना। हुण असीं उपरों सारी सैटिंग करदे हुए सिर कवर करके तुसीं प्रॉपरली पिछों दी जिन्ने भी ढिले कपड़े आ उन्हां दी सैटिंग करते हुए तुसीं पिछले लाड़ नूं प्रॉपरली दोनों पास्यों दी टाइट करते हुए लगा लेना है जी। हुण तुसीं देख सकते हैं असी सारी पग दी सैटिंग कर ली आ। हुण असी अखीर ते तुहानूं दस दें कि इह लड़ां नूं आपां 3D लड़ किवें बनाउणा। तुसीं आप दे लड़ां नूं साफ करते हुए हत्थां दे विच इस तरह दो फिंगरस की मदद नाल अंगूठे ते एक फिंगर की मदद नाल तुसीं उन्हां नूं प्रेस करना लड़ां नूं बिल्कुल जिद्दां तुसीं वीडियो विच देख रहे हो। तुसीं एकदम प्रेस करन तों बाद उन्हां नूं प्रॉपर तुसीं एक स्क्वायर शेप दी जिहड़ी एक कॉर्नर हुंदा उस हिसाब नाल तुसीं बनाउणा आ। तुसीं इह प्रोसैस करन लई ज़्यादा स्लाइडली नहीं करना हैगा फिंगरस नूं, क्योंकि स्लाइडली करन नाल फिर तुहाडी जिहड़ी आ प्रॉपर जिहड़ी अपनी शेप बननी उह नहीं बननी, उह फिर दोबारा गलाई दे विच आ सकदी है। इसलिए तुसीं चक चक के फिंगरस दे विच उहनूं घुटदे हुए पिछे तक जाना हैगा। हुण इसे तरह तुसीं दूजे लड़ ते अप्लाई करनी है यही चीज़। तुसीं बिल्कुल कॉर्नर तो ले जा के तुसीं इसे तरह देखो प्रेस करते करते असी स्टैप्स बनाउणे आ बिल्कुल प्रॉपरली। ये काम तुसीं बिल्कुल आराम दे नाल करना है जी,
ਲੜਾਂ ਨੂੰ ਬਿਲਕੁਲ ਪ੍ਰੈਸ ਆਰਾਮ ਨਾਲ ਘੁੱਟ ਕੇ ਕਰਨਾ ਆ। ਹੁਣ ਦੇਖੋ ਤੁਸੀਂ ਅਸੀਂ ਇੱਕ ਇੱਕ ਕਰਕੇ ਇਸੇ ਤਰ੍ਹਾਂ ਸਾਰੇ ਲੜਾਂ ਨੂੰ ਪ੍ਰੋਪਰਲੀ ਬਣਾਉਣਾ ਹੈਗਾ। ਤੁਸੀਂ ਹਲਕਾ ਫੁਲਕਾ ਨਾਲ ਨਾਲ ਕੋਸ਼ਿਸ਼ ਕਰਨੀ ਆ ਇਹਨਾਂ ਦੀ ਲੜਾਂ ਦੀ ਨਾਲ ਨਾਲ ਥੋੜ੍ਹੀ ਜਿਹੀ ਮਿਟਾਈ ਅਤੇ ਗੈਪ ਵੀ ਤੁਸੀਂ ਹਲਕਾ ਜਿਹਾ ਖਿੱਚ ਕੇ ਸੈੱਟ ਕਰ ਸਕਦੇ ਆ। ਹੁਣ ਤੁਸੀਂ ਦੇਖ ਸਕਦੇ ਆ ਜਿਹੜੇ ਆਪਾਂ ਹੁਣ ਲੜ ਇਹ 3D ਸ਼ੇਪ ਦੇ ਵਿੱਚ ਕਰ ਦਿੱਤੇ ਨੇ ਉਹ ਥੱਲੇ ਵਾਲੇ ਲੜਾਂ ਤੋਂ ਡਿਫਰੈਂਟ ਦਿਖ ਰਹੇ ਨੇ, ਉਹ ਜ਼ਿਆਦਾ ਸ਼ਾਰਪ ਹੋ ਚੁੱਕੇ ਆ। ਤੁਸੀਂ ਪ੍ਰੋਪਰਲੀ ਬਣਾਉਣਾ ਆ, ਦੇਖ ਸਕਦੇ ਹੋ ਤੁਸੀਂ। ਅਸੀਂ ਹੁਣ ਇਸੇ ਤਰ੍ਹਾਂ ਪੰਜਵੇਂ ਲੜ ਨੂੰ ਕਰ ਰਹੇ ਹਾਂ ਜੀ। ਤੁਸੀਂ ਦੇਖ ਸਕਦੇ ਆ ਐਜ਼ ਕੰਪੇਅਰ ਟੂ ਜਿਹੜੇ ਥੱਲੜੇ ਲੜ ਆ ਤੁਹਾਡੇ ਉਹਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਤੁਹਾਡੇ ਉੱਪਰਲੇ ਜਿਹੜੇ 4-5 ਲੜ ਨੇ ਉਹ ਦੇਖੋ ਕਿਸ ਤਰ੍ਹਾਂ ਸ਼ਾਰਪ ਸ਼ੇਪ ਦੇ ਵਿੱਚ ਆ ਚੁੱਕੇ ਨੇ। ਹੁਣ ਇਸੇ ਤਰ੍ਹਾਂ ਤੁਸੀਂ ਇੱਕ ਇੱਕ ਕਰਕੇ ਬੜੇ ਆਰਾਮ ਦੇ ਨਾਲ ਤੁਸੀਂ ਹਰ ਲੜ ਨੂੰ ਕਰਨਾ ਸ਼ੁਰੂ ਕਰ ਦੇਣਾ ਆ ਅਤੇ ਸਾਰੇ ਲੜ ਤੁਹਾਡੇ ਇਸੇ ਸ਼ੇਪ ਦੇ ਵਿੱਚ ਆ ਜਾਣੇ ਆ ਹੌਲੀ ਹੌਲੀ। ਹੁਣ ਤੁਹਾਨੂੰ ਸਾਰਾ ਪ੍ਰੋਸੈਸ ਸਮਝ ਆ ਚੁੱਕਾ ਕਿ ਅਸੀਂ ਲੜ ਕਿੱਦਾਂ ਬਣਾਉਣੇ ਆ, ਇਸ ਲਈ ਅਸੀਂ ਥੋੜ੍ਹੀ ਵੀਡੀਓ ਨੂੰ ਤੇਜ਼ ਕਰ ਰਹੇ ਹਾਂ ਤਾਂ ਕਿ ਸਾਡੀ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ। ਹੁਣ ਤੁਸੀਂ ਦੇਖ ਸਕਦੇ ਹਾਂ ਅਸੀਂ ਸਾਰੇ ਲੜਾਂ ਨੂੰ ਇੱਕ ਇੱਕ ਕਰਕੇ ਸਾਰਾ ਸ਼ੇਪ ਦੇ ਵਿੱਚ ਕਰ ਦਿੱਤਾ ਆ 3D ਸ਼ੇਪ ਦੇ ਵਿੱਚ। ਤੁਸੀਂ ਦੇਖ ਸਕਦੇ ਹਾਂ ਕਿ ਲੜਾਂ ਦੀ ਜਿਹੜੀ ਗਲਾਈ ਆ ਹੁਣ ਉਹ ਥੋੜ੍ਹੀ ਸ਼ੇਪ ਦੇ ਵਿੱਚ ਹੋ ਗਈ ਆ, ਇੱਕ ਇਹ ਕੋਰਨਰ ਬਣ ਗਏ ਨੇ ਪ੍ਰੋਪਰਲੀ, ਜਿੱਦਾਂ ਇੱਕ ਸਕੁਆਇਰ ਦੇ ਕੋਰਨਰਸ ਹੁੰਦੇ ਨੇ ਉਸੇ ਤਰ੍ਹਾਂ ਤੁਹਾਡੇ ਸਟੈਪ ਵਾਈਜ਼ ਲੜ ਬਣ ਚੁੱਕੇ ਨੇ। ਇਸ ਤਰ੍ਹਾਂ ਤੁਸੀਂ ਫਿੰਗਰ ਦੀ ਮਦਦ ਨਾਲ ਸਾਰੇ ਲੜਾਂ ਨੂੰ ਇੱਕ ਵਾਰੀ ਫਿਨਿਸ਼ ਕਰਕੇ ਅਤੇ ਤੁਹਾਡੀ ਜਿਹੜੇ 3D ਲੜ ਤਿਆਰ ਹੋ ਚੁੱਕੇ ਨੇ। ਤੁਸੀਂ ਹੁਣ ਦੇਖ ਸਕਦੇ ਹਾਂ ਸਾਡੀ ਪੱਗ ਦੀ ਲੁੱਕ ਬਹੁਤ ਹੀ ਡਿਫਰੈਂਟ ਹੋ ਚੁੱਕੀ ਆ ਹੁਣ, ਅਤੇ ਇਸ ਤਰ੍ਹਾਂ ਦੀ ਪੱਗ ਤੁਸੀਂ ਅਗਰ ਬੰਨ੍ਹ ਕੇ ਕਿਤੇ ਆਊਟਡੋਰ ਜਾਂਦੇ ਹਾਂ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਲੋਕ ਐਪਰੀਸ਼ੀਏਟ ਕਰਦੇ ਨੇ। ਹੁਣ ਤੁਸੀਂ ਦੇਖ ਸਕਦੇ ਹਾਂ ਸਾਡੀ ਸਾਰੀ ਪੱਗ ਆਲਮੋਸਟ ਜੀ ਰੈਡੀ ਹੋ ਚੁੱਕੀ ਆ। ਅਤੇ ਇਹ ਸੀ ਸਾਡੀ ਅੱਜ ਦੀ ਕੋਸ਼ਿਸ਼ ਜੀ, ਤੁਹਾਨੂੰ ਅੰਮ੍ਰਿਤਸਰ ਸ਼ਾਹੀ ਦੇ 3D ਲੜ ਬਣਾ ਕੇ ਦੱਸਣ ਦੀ ਕੋਸ਼ਿਸ਼। ਮੈਂ ਆਸ ਕਰਦਾ ਹਾਂ ਤੁਹਾਨੂੰ ਜੀ ਇਹ ਸਾਡੀ ਅੱਜ ਦੀ ਕੋਸ਼ਿਸ਼ ਵਧੀਆ ਲੱਗੀ ਹੋਊਗੀ ਜੀ। ਜੇ ਵਧੀਆ ਲੱਗੀ ਹੋਈ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਓ। ਅਗਰ ਤੁਹਾਡੀ ਕੋਈ ਕੁਐਰੀ ਜਾਂ ਕੁਐਸਚਨਸ ਨੇ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹਾਂ। ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਹਾਡੇ ਲਈ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹੀਏ। ਅਤੇ ਤੁਸੀਂ ਸਾਨੂੰ ਸਾਡੇ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਵੀ ਜੁਆਇਨ ਕਰੋ ਜੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।